ऊपर ਤੁਸੀਂ ਕਰ ਲਾ ਦਿਓ ਅੱਜ ਕੀ ਕਰਦੇ ਰਹੋ ਲੈਂਦੇ ਕਰਦੋ ਨਾ ਨਾ ਮੰਤਾ ਜੀ ਕੋਈ ਨਹੀਂ ਚੰਗਾ ਤੂੰ ਲਾਇਆ ਖੜਦੇ ਹੀ ਉਹ ਆਪਾਂ ਨਾ ਉਹਦਾ ਵੈਸੇ ਇਹਨੂੰ ਸੇਫ ਸਾਈਡ ਲਿਆਉਣ ਲਈ ਵਿੱਚ ਪਾਈ ਹੈ ਕੁਛ ਕੰਪਲੇਂਟਸ ਰਿਸੀਵ ਹੋਈਆਂ ਸੀ ਰਿਗਾਰਡਿੰਗ ਔਨਲਾਈਨ ਫਰੌਡ ਆਈਡੀ ਪਰ ਕਰੀ ਜੀ ਬਜਾਜ ਫਾਈਨੈਂਸ ਕੰਪਨੀ ਦਾ ਕੋਈ ਜਿਹੜਾ EMI ਕਾਰਡ ਹੈ ਉਹ ਤੋਂ ਕੋਈ ਸ਼ਾਪਿੰਗ ਕਰ ਰਿਹਾ ਹੈ ਔਨਲਾਈਨ ਫਰੌਡ ਕਰਕੇ ਆਈਡੀ ਨਿਕਲੀ ਹੈ ਤਾਂ ਅਰਾਊਂਡ 7-8 ਕੰਪਲੇਂਟਸ ਸਾਡੇ ਕੋਲ ਰਿਸੀਵ ਹੋਈਆਂ ਸੀਗੀਆਂ ਤਾਂ ਉਸ ਬੇਸ ਤੇ ਅਸੀਂ ਇੱਕ FIR ਦਰਜ ਕੀਤੀ ਸੀ 154 ਨੰਬਰ FIR ਲਾਹੌਰੀ ਗੇਟ ਪੁਲਿਸ ਸਟੇਸ਼ਨ ਤੋਂ ਸਾਈਬਰ ਸੈੱਲ ਪਟਿਆਲਾ ਐਂਡ ਪੁਲਿਸ ਸਟੇਸ਼ਨ ਲਾਹੌਰੀ ਗੇਟ ਦੀ ਟੀਮ ਨੇ ਮਿਲ ਕੇ ਇੱਕ ਬੰਦਾ ਆਈਡੈਂਟੀਫਾਈ ਕੀਤਾ ਮਹਿੰਦਰ ਸਿੰਘ ਔਰ ਰਿੰਕੂ ਹੈ ਅਤੇ ਪਟਿਆਲਾ ਦੇ ਰਹਿਣ ਵਾਲਾ ਤੋ ਉਹ ਆਈਡੈਂਟੀਫਾਈ ਟੈਕਨੀਕਲ ਤਰੀਕੇ ਨਾਲ ਕੀਤਾ ਗਿਆ ਕਿ ਦੇਖੋ ਇਹ ਸ਼ੋਪਿੰਗ ਕਰਦਾ ਸੀਗਾ ਔਨਲਾਈਨ ਬਸ CCTV ਫੁਟੇਜ ਇਹਨੇ ਸ਼ੋਪਿੰਗ ਕੀਤੀ ਪਲੇਸਿਸ ਤੋਂ ਬਸ ਬਜਾਜ ਜੋ ਫਾਈਨੈਂਸ ਕੰਪਨੀ ਹੈ ਉਹਨਾਂ ਤੋਂ ਟੈਕਨੀਕਲ ਡਿਟੇਲਸ ਲੈ ਕੇ ਬੰਦਾ ਆਈਡੈਂਟੀਫਾਈ ਕਰ ਲਿਆ ਐਂਡ ਆਫਟਰ ਦੈਟ ਇਹਦੀ ਅਰੈਸਟ ਕੀਤੀ ਗਈ ਹੈਗੀ ਜੀ ਕੱਲ੍ਹ ਅਤੇ ਮੋਡਸ ਓਪਰੈਂਡੀ ਇਹਦਾ ਸੀਗਾ ਕਿ ਜੋ ਇਹ ਪਰਸਨਲ ਇਨਫੋਰਮੇਸ਼ਨ ਗੈਦਰ ਕਰ ਲੈਂਦਾ ਸੀ ਲੋਕਾਂ ਤੋਂ ਇਹ ਕਹਿ ਕੇ ਕਿ ਤੁਹਾਡਾ ਸ਼ੋਪਿੰਗ ਕਾਰਡ ਬਣਵਾਉਣਾ ਹੈਗਾ ਤਾਂ ਉਹਨਾਂ ਦੀ ਪਰਸਨਲ ਇਨਫੋਰਮੇਸ਼ਨ ਯੂਜ਼ ਕਰਕੇ ਇਹ ਜਿਹੜਾ ਆਪਣਾ ਮੋਬਾਈਲ ਨੰਬਰ ਰਜਿਸਟਰ ਕਰਵਾ ਦਿੰਦਾ ਸੀਗਾ ਬਜਾਜ ਫਾਈਨੈਂਸ ਕੰਪਨੀ ਉਹਦੇ ਨਾਲ ਕੀ ਹੁੰਦਾ ਸੀ ਜੋ OTP ਹੈ ਉਹਨਾਂ ਕੋਲ ਚਲੀ ਜਾ ਉਹਦੇ ਆਪਣੇ ਮੋਬਾਈਲ 'ਤੇ ਆ ਜਾਂਦੀ ਸੀ ਅਤੇ ਇਹ ਮੰਨਿਆ ਹੈਗਾ ਕਿ ਅਰਾਊਂਡ ਇਹਨੇ 13 ਜਾਂ 14 ਵਾਰ ਦਿੱਤਾਂ ਕੀਤੀਆਂ ਹੈਗੀਆਂ ਅਤੇ ਹੁਣ ਤੱਕ ਟੋਟਲ ਆਪਣੇ ਕੋਲ 3,70,000 ਦੇ ਕਰੀਬ ਬਰਾਮਦ ਹੋ ਚੁੱਕੀ ਹੈ 1,80,000 ਦੇ ਕਰੀਬ ਕੈਸ਼ 2 ਮਹਿੰਗੇ ਫੋਨਸ ਹੈਗੇ ਆਈਫੋਨ ਹੈਗੇ ਅਤੇ ਕੁਛ ਜੋ ਕਲੋਥਸ ਐਂਡ LCD ਅਤੇ ਅਦਰ ਸਟੱਫ ਇਹਨੇ ਜਿਹੜਾ ਬਾਏ ਕੀਤਾ ਹੈਗਾ ਉਹ ਆਪਾਂ ਬਰਾਮਦ ਕਰ ਲਿਆ ਹੈਗਾ ਅਤੇ ਫਰਦਰ ਇਹਦਾ ਰਿਮਾਂਡ ਲੈ ਕੇ ਵੀ ਆਰ ਹੋਪਫੁਲ ਕਿ ਹੋਰ ਵਾਰਦਾਤਾਂ ਟਰੇਸ ਹੋ ਜਾਣਗੀਆਂ ਅਤੇ ਹੋਰ ਬਰਾਮਦ ਕੀ ਹੋ ਜਾਏਗੀ ਮੈਂ ਜਿਸ ਤਰ੍ਹਾਂ ਉਹਦੇ ਬ੍ਰਾਂਡਡ ਬੋਰਡ ਵਗੈਰਾ ਵੀ ਫੜੇ ਗਏ ਇਹ ਕਿਸ ਤਰ੍ਹਾਂ ਲੋਕਾਂ ਨੂੰ ਸਕੰਜੇ 'ਚ ਲੈਂਦਾ ਸੀ ਕਿ ਪ੍ਰੋਸੀਜਰ ਕੀ ਸੀ ਮੇਨ ਮੋਡਸ ਓਪਰੈਂਡੀ ਦਾ ਇਹੀ ਸੀਗਾ ਜੀ ਇਹ ਪਰਸਨਲ ਇਨਫੋਰਮੇਸ਼ਨ ਲੋਕਾਂ ਦੀ ਗੈਦਰ ਕਰ ਲੈਂਦਾ ਸੀਗਾ ਇੱਕ EMI ਕਾਰਡ ਹੈਗਾ ਬਜਾਜ ਫਾਈਨੈਂਸ ਕੰਪਨੀ ਦਾ ਜਿਸ ਤੋਂ ਸ਼ੋਪਿੰਗ ਕਰ ਸਕਦੇ ਆ ਕੋਈ ਵੀ ਜਿਹੜੇ ਵਿਕਟਿਮਸ ਦੇ ਜਿਹੜੇ ਕਾਰਡ ਸੀਗੇ ਉਹਨਾਂ 'ਚ ਜਦੋਂ ਉਹਨਾਂ ਦਾ ਮੋਬਾਈਲ ਨੰਬਰ ਰਜਿਸਟਰ ਹੁੰਦਾ ਸੀਗਾ ਉੱਧਰੋਂ ਕਿਸੇ ਇਹ ਬੰਦੇ ਦਾ ਰਜਿਸਟਰ ਹੈਗਾ ਉਸ ਬੰਦੇ ਦੀ ਜਗ੍ਹਾ ਇਹਨੇ ਆਪਣਾ ਮੋਬਾਈਲ ਨੰਬਰ ਰਜਿਸਟਰ ਕਰਵਾ ਲੈਂਦਾ ਸੀਗਾ ਬਜਾਜ ਫਾਈਨੈਂਸ ਕੰਪਨੀ ਨੂੰ ਕਨਵਿੰਸ ਕਰਕੇ ਕਿਉਂਕਿ ਉਹਦੇ ਕੋਲ ਪਰਸਨਲ ਇਨਫੋਰਮੇਸ਼ਨ ਉਸ ਬੰਦੇ ਦੀ ਹੁੰਦੀ ਸੀਗੀ ਸੋ ਔਨ ਦਾ ਬੇਸਿਸ ਆਫ ਦੈਟ ਇਹਨੇ ਇਹ ਵਾਰਦਾਤਾਂ ਕੀਤੀਆਂ ਹੈਗੀਆਂ ਅਤੇ ਬਾਕੀ ਸਾਈਬਰ ਸੈੱਲ ਪਟਿਆਲਾ ਨੇ ਰੀਸੈਂਟਲੀ ਜਿਵੇਂ ਪਿਛਲੇ ਦਿਨੀ ਇੱਕ ਨਾਭਾ ਵਿਖੇ ਹੋਇਆ ਸੀਗਾ ਇੰਸੀਡੈਂਟ ਕਿ ਕੁਛ ਅਸ਼ਲੀਲ ਫੋਟੋ ਅਪਲੋਡ ਕੀਤੀਆਂ ਸੀ ਫੇਸਬੁੱਕ ਉਹ ਮੁਕੱਦਮਾ ਟਰੇਸ ਕੀਤਾ ਹੈਗਾ ਜੀ ਇੱਕ 336 ਨੰਬਰ FIR ਹੈਗੀ ਆ ਸਿਵਲ ਲਾਈਨ ਪੁਲਿਸ ਸਟੇਸ਼ਨ ਦੀ ਇਹਦੇ 'ਚ ਕੋਈ ਮੌਫ ਇਮੇਜਸ ਸੀਗੀਆਂ ਉਹ ਡੈਰੋਗੇਟਰੀ ਲੈਂਗੁਏਜ ਲਿਖ ਕੇ ਕਿਸੇ ਬੰਦੇ ਨੇ ਉਹ ਅਪਲੋਡ ਕੀਤੀਆਂ ਸੀਗੀਆਂ ਉਹ ਵੀ ਸਾਈਬਰ ਸੈੱਲ ਪਟਿਆਲਾ ਨੇ ਉਹ ਟਰੇਸ ਕਰ ਐਫਰਟਸ ਕਰ ਰਹੇ ਹਨ ਇੱਕ ਮੈਸੇਜ ਆ ਫਰੋਮ ਪਟਿਆਲਾ ਪੁਲਿਸ ਕਿ ਜਦੋਂ ਵੀ ਆਪਾਂ ਇੰਟਰਨੈਟ 'ਤੇ ਹੁੰਦੇ ਹਾਂ ਜਾਂ ਇੰਟਰਨੈਟ ਦੀਆਂ ਫੈਸਿਲਿਟੀਜ਼ ਨੂੰ ਯੂਜ਼ ਕਰਦੇ ਹਾਂ ਤਾਂ ਉਹ ਪ੍ਰੋਪਰ ਰਿਸਪੋਂਸੀਬਿਲਿਟੀ ਨਾਲ ਪ੍ਰੋਪਰ ਕੇਅਰ ਦੇ ਨਾਲ ਯੂਜ਼ ਕਰਨੀਆਂ ਚਾਹੀਦੀਆਂ ਤਾਂ ਜੋ ਇਹਨਾਂ ਦਾ ਪ੍ਰੋਪਰ ਤਰੀਕੇ ਨਾਲ ਯੂਜ਼ ਕੀਤਾ ਕਿੰਨੀ ਕੁ ਏਜ ਦੇ ਇਹਨਾਂ ਨੂੰ ਫੜਾਇਆ ਗਿਆ ਅਤੇ ਕੀ ਕੰਮ ਵਗੈਰਾ ਕਰਦੇ ਨੇ ਕੀ ਪੜ੍ਹੇ ਲਿਖੇ ਆ ਕਿਸ ਤਰ੍ਹਾਂ ਇਹ ਜੋ ਰਿੰਕੂ ਹੈਗਾ ਜੀ ਇਹਦੀ ਏਜ ਤਾਂ ਹੈਗੀ ਅਰਾਊਂਡ 27 ਸਾਲ ਦੇ ਕਰੀਬ ਹੈਗਾ ਅਤੇ ਇਹ 5ਵੀਂ ਪਾਸ ਆ ਫਿਰ ਬਟ ਇਹ ਕੈਪੀਟਲ ਫਾਈਨੈਂਸ ਕੰਪਨੀ 'ਚ ਇਹਨੇ ਪਹਿਲਾਂ ਕੰਮ ਕੀਤਾ ਸੀਗਾ ਦੈਟਸ ਵਾਈ ਇਹਨੂੰ ਥੋੜ੍ਹੀ ਨੌਲੇਜ ਸੀਗੀ ਕਿ ਫਾਈਨੈਂਸ ਕੰਪਨੀ ਕਿਵੇਂ ਵਰਕ ਕੀਤੀ ਹੈ ਕਰਦੀ ਹੈਗੀ ਹੈ ਅਤੇ ਉਹ ਨੌਲੇਜ ਨੂੰ ਇਹਨੇ ਯੂਜ਼ ਕੀਤਾ ਇਹ ਫਰੌਡ ਕਰਨਾ ਸੀ ਇਹ ਵਿਕਟਿਮ ਕੌਣ ਨੇ ਜੀ ਇਹਦੇ 'ਚ ਜਿਨ੍ਹਾਂ ਦੇ ਨਾਮ 'ਤੇ ਹੋਇਆ ਵਿਕਟਿਮ ਦੀ 7-8 ਵਿਕਟਿਮਸ ਹੈਗੇ ਨੇ ਜੀ ਇੱਕ ਕਸ਼ਿਸ਼ ਕੁਮਾਰ ਹੈਗਾ ਜੀ ਜਿਹਦੇ ਵਿਕਟਿਮ ਰਾਜਪੁਰਾ ਕਲੋਨੀ ਦਾ ਹੈਗਾ ਸ਼ਾਇਦ
ਉਹਦੇ ਬਿਆਨ 'ਤੇ ਐਫ ਆਈ ਆਰ ਦਰਜ ਹੋਈ ਹੈ, ਬਾਕੀ ਉਹਨਾਂ ਦੀਆਂ ਕੰਪਲੇਂਟਸ ਅਸੀਂ ਰਿਸੀਵ ਕਰਨੀਆਂ ਹੈਗੀਆਂ। ਬਜਾਜ ਫਾਈਨੈਂਸ ਕੰਪਨੀ ਕੋਲ ਵੀ ਕੁਛ ਕੰਪਲੇਂਟਸ ਆਈਆਂ ਸੀਗੀਆਂ, ਉਹ ਵੀ ਅਸੀਂ ਨਾਲ ਅਟੈਚ ਕਰਨੀਆਂ ਸੀ। ਠੀਕ ਹੈ।